ਹੈਡ ਦੀ 1,85,000 1,85,000 ਪੱਕੀ ਲੋ ਜੀ ਮੈਲ ਵੀ ਟੋਟੀ ਕਰ ਨਿੱਕੀ ਸਕਦੀ ਯਾ ਉਹ ਮੈਲ ਤੇ ਉਹਦੇ ਉਹਦੇ ਜਿਸਮ ਨਾਲ ਵੀ ਲੱਗੀ ਹੈ ਕਿ ਕਿਹੜਾ ਵਾ ਜ਼ਰੂਰੀ ਬਹੁਤ ਬੜਾ ਯਾ ਇਹ ਬੱਚੀ ਵੀ ਦਿਖਾ ਸਾੜ ਬੱਚਾ 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 ਚਲੋ ਜੀ ਹੋਰ ਕੋਈ ਬਸ ਆ ਹੀ ਨਾ ਚਾਰ ਚਲੋ ਜੀ ਆਓ ਲਿਆ ਕੱਢੋ ਜੀ ਮੈਸੇਜ ਬੰਦਿਆਂ ਦੇ ਨਾਮ ਬੋਲੋ ਜੀ ਪਤਾ ਸੁਕਾਓ ਇਧਰ ਆ ਜਾਓ ਇੱਥੇ ਆਓ ਤੁਸੀਂ ਇੱਧਰ ਹੀ ਰਹਿੰਦੇ ਪਿੱਛੋਂ ਐਸੇ ਜਗ੍ਹਾ ਤੇ ਰਹੋ ਆ ਜਾਓ ਕਿਹੜਾ ਕਿਹੜਾ ਨਾਮ ਜੇ ਚਾਂਦ ਨਾਮ ਬੋਲੀ ਜਾਓ ਲੋ ਜੀ ਜਿਹੜੇ ਮੇਰੇ ਤੱਕ ਜਿਹੜੇ ਨਾ ਆਪਣਾ ਭਾਈ ਸ਼ਹਿਜ਼ਾਦ ਅਹਿਮਦ ਨੇ ਕੋਈ ਜ਼ਿਲ੍ਹਾ ਕੁਸ਼ਾਬ ਉਹ ਸਾਰਿਆਂ ਭਰਾਵਾਂ ਨੂੰ ਸਲਾਮ ਦਿੰਦੇ ਨੇ ਜੀ ਕਹਿੰਦੇ ਨੇ ਜੀ ਮੁਸ਼ਤਰਕਾ ਹਾਜੀ ਸਾਹਿਬ ਜਿੱਥੇ ਵੀਡੀਓ ਬਣਾਉਣ ਜਾਓ ਮੇਰਾ ਸਲਾਮ ਜ਼ਰੂਰ ਦੇਣਾ ਠੀਕ ਹੋ ਗਿਆ ਬਜ਼ੁਰਗੋ ਬਾਕੀ ਜਿਹੜੇ ਨੇ ਨਾ ਯੂਨਾਨ ਤੀ ਜਿਤਨੇ ਭਰਾ ਤੁਹਾਨੂੰ ਸਲਾਮ ਦਿੰਦੇ ਨੇ ਠੀਕ ਹੈ ਜੀ ਉਹਨਾਂ ਸਾਰਿਆਂ ਸ਼ਾਇਦ ਬਟ ਸਰਵਸ ਮੋੜ ਗੁਜਰਾਤ ਯੂਨਾਨ ਲਓ ਜੀ ਸ਼ਾਇਦ ਬਟ ਸਾਹਿਬ ਆਲ ਮੁਕੀਮ ਯੂਨਾਨ ਪਿੰਡ ਤੁਹਾਡਾ ਸਰਵਸ ਮੋੜ ਗੁਜਰਾਤ ਅੱਗੇ ਜਨਾਬ ਕਿਹੜਾ ਜੇ ਆਪਣਾ ਮਲਕ ਕਿਹੜਾ ਪਿਆ ਦਿਓ ਆਪਣਾ ਨਹੀਂ ਨਹੀਂ ਚਾਂਦ ਸਾਹਿਬ ਦਾ ਤੇ ਹੋ ਗਿਆ ਅੱਗੇ ਇੱਕ ਹੋਰ ਪਿਆ ਦੇ ਨੇ ਕਸ ਗੁੰਮੇ ਦਾ ਵੀ ਹੋ ਗਿਆ ਅੱਗੇ ਆਪਣਾ ਪਿਆ ਦੇ ਨੇ ਕੋਟਲਾ ਕਕਰਾਲੀ ਕਕਰਾਲੀ ਇਹ ਜੀ ਪਿੰਡ ਕੀ ਨਾਂ ਹੈ ਉਹਨਾਂ ਦੇ ਮਲਕ ਯਾਸਰ ਸਾਹਿਬ ਠੀਕ ਹੋ ਗਿਆ ਜੀ ਮਲਕ ਯਾਸਰ ਜਨਾਬ ਇੱਕ ਬੁੱਧੂ ਚੱਕ ਨੇ ਰਾਜਾ ਜ਼ਬੈਰ ਬੁੱਧੂ ਦਾ ਚੱਕ ਲਾਲੇ ਮੁਸੇ ਕੋਲ ਬੁੱਧੂ ਚੱਕ ਹਾਂ ਬੁੱਧੂ ਕਾਲਾ ਸਰ ਬੁੱਧੂ ਚੱਕ ਬੁੱਧੂ ਚੱਕ ਬੁੱਧੂ ਚੱਕ ਉਹ ਜਨਾਬ ਰਾਜਾ ਜ਼ਬੈਰ ਲੋ ਜੀ ਰਾਜਾ ਜ਼ਬੈਰ ਤੱਕ ਵੀ ਪਹੁੰਚ ਗਿਆ ਜੀ ਪੈਗਾਮ ਅਜੀ ਸਾਹਿਬ ਆਣੇ ਤੁਹਾਡੀ ਵੀਡੀਓ ਬੜੀ ਸ਼ੌਕ ਨਾਲ ਤੱਕਣੀ ਆਸਾਂ ਤਾਂ ਵੋਟ ਪਿਆ ਕਰਨੀ ਕਿਹਨੂੰ ਜੀ ਜੀ ਜਿਹੜੇ ਭਰਾ ਵੇਖਦੇ ਨੇ ਨਾ ਸ਼ੌਕ ਨਾਲ ਅੱਲਾ ਪਾਕ ਉਹਨਾਂ ਨੂੰ ਖੁਸ਼ ਰੱਖੇ ਜੀ ਜੀ ਸਾਨੂੰ ਭਾਈ ਨਾਲ ਮੇਰੇ ਨਾਲ ਸੋਦੀ ਹੋਣੇ ਨਾ ਤਾਂ ਅੱਜ ਫਾਰੂਕ ਇਹ ਅਸਾਂ ਨੇ ਨਕਿਆਲ ਜਮ ਸੀ ਨੇ ਆਲਮ ਕੀਨ ਸੋਦੀ ਹੋਣੇ ਨੇ ਤਾਂ ਉਹ ਬੜਾ ਤਾਉਣ ਕਰਨੇ ਤਾਂ ਉਹ ਸੁਣ ਸਲਾਮ ਦੇਣੇ ਸੀ ਨਾ ਇਸ ਲੋ ਜੀ ਹਾਜੀ ਫਾਰੂਕ ਸਾਹਿਬ ਤੁਹਾਡਾ ਵੀ ਪੈਗਾਮ ਪਹੁੰਚ ਗਿਆ ਜੀ ਬਹੁਤ ਸ਼ੁਕਰੀਆ ਤਾਵਨ ਦਾ ਮੁਹੱਬਤ ਨਾਲ ਵੀਡੀਓ ਵੇਖਣ ਦਾ ਟਾਈਮ ਕੱਢ ਕੇ ਜਿਹੜਾ ਤੁਸੀਂ ਆਪਣਾ ਡੇਟਾ ਵੀ ਖਰਚ ਕਰਦੇ ਹੋ MB ਖਰਚ ਕਰਦੇ ਹੋ ਔਰ ਆਪਣਾ ਇਸ ਕੀਮਤੀ ਟਾਈਮ ਵਿੱਚ 10-11 ਵਜੇ ਬੰਦਾ ਰੋਟੀ ਖਾ ਕੇ ਵਿਹਲਾ ਹੁੰਦਾ ਮੈਨੂੰ ਪਤਾ ਮੈਂ ਵੀ 17 ਸਾਲ ਬਾਹਰ ਰਿਹਾ ਅਤੇ ਬੜਾ ਅੱਛਾ ਹੈ ਜੀ ਤੁਸੀਂ ਜਿਹੜਾ ਐਪਰੀਸ਼ੀਏਟ ਕਰਦੇ ਹੋ ਮੈਂ ਤੁਹਾਨੂੰ ਸਾਰਿਆਂ ਭਰਾਵਾਂ ਨੂੰ ਜਿੰਨਾ ਸਲੂਟ ਮਾਰਨਾ ਸਾਰੇ ਭਰਾ ਖੁਸ਼ ਰਹੋ ਸਦਾ ਵਸਦੇ ਰਹੋ ਹੱਸਦੇ ਰਹੋ ਜਿਸ ਜਿਸ ਕੰਟਰੀ ਵਿੱਚ ਵੀ ਹੋ ਜਿਸ ਪਿੰਡ ਵਿੱਚ ਵੀ ਹੋ ਜਿਸ ਡਿਸਟ੍ਰਿਕਟ ਵਿੱਚ ਵੀ ਹੋ ਜਿਹੜੀ ਤਹਿਸੀਲ ਨਾਲ ਵੀ ਤਲਕ ਹੈ ਸਾਰਿਆਂ ਭਰਾਵਾਂ ਦਾ ਸ਼ੁਕਰਗੁਜ਼ਾਰ ਆ ਔਰ ਰਹੀ ਗੱਲ ਜਨਾਬ ਸੁਬਾ 5 ਫਰਵਰੀ ਹੈ ਕਿ ਜਨਾਬ ਵੀਡੀਓ ਵੀ ਕੱਲ੍ਹ ਹੀ ਲੱਗਣੀ ਹੈ ਬਹਰਹਾਲ ਜੀ ਤੁਸੀਂ ਸਾਰਿਆਂ ਭਰਾਵਾਂ ਨੇ ਢਿੱਡੂ ਹੋ ਕੇ ਦਿਲੋਂ ਹੋ ਕੇ ਕਸ਼ਮੀਰ ਵਾਸਤੇ ਦੁਆ ਵੀ ਕਰਨੀ ਹੈ ਅੱਲਾ ਪਾਕ ਉਹਨਾਂ ਨੂੰ ਜਿਸ ਤਰ੍ਹਾਂ ਅਸੀਂ ਆਪਣੀ ਆਜ਼ਾਦੀ ਨਾਲ ਚਹਿਲਕਦਮੀ ਅਤੇ ਈਦਾਂ ਅਤੇ ਖੁਸ਼ੀਆਂ ਮਨਾਉਂਦੇ ਹਾਂ ਵੀ ਯਾਰ ਉੱਥੇ ਵੀ ਤਾਂ ਅੱਜ ਕਿਆਮਤ ਹੀ ਹੈ ਨਾ ਜੀ 5-5ਵਾਂ ਮਹੀਨਾ ਸ਼ੁਰੂ ਹੋ ਗਿਆ ਅਤੇ ਉਹਨਾਂ ਨੂੰ ਅੱਲਾ ਦੀ ਜ਼ਾਤ ਦਹਿਤ ਦੇ ਅਤੇ ਸਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਉਹਨਾਂ 'ਤੇ ਰੰਗ ਲਿਆਵਣ ਅੱਲਾ ਦੀ ਜ਼ਾਤ ਉਹਨਾਂ ਨੂੰ ਜਨਾਬ ਨਿਜਾਤ ਦੇ ਅਤੇ ਪਾਕ ਆਰਮੀ ਨੂੰ ਵੀ ਸਲਾਮ ਜਿਨ੍ਹਾਂ ਦੀਆਂ ਆਪਣੀਆਂ ਫੋਰਸਾਂ ਆਪਣੇ ਜਿਹੜੇ ਵੀ ਸਾਡੇ ਵਾਸਤੇ ਲਾਈਟ ਖੜ੍ਹੇ ਨੇ ਗਰਮੀ ਹੈ ਧੁੱਪ ਹੈ ਸਰਦੀ ਹੈ ਬਰਫ਼ ਹੈ ਇਹ ਪਾਣੀ ਹੈ ਬਾਰਿਸ਼ ਹੈ ਅੱਲਾ ਪਾਕ ਉਹਨਾਂ ਨੂੰ ਇਸੇ ਤਰ੍ਹਾਂ ਕਾਇਮ ਦਾਇਮ ਰੱਖੇ ਔਰ ਦਿਨ ਦੁੱਗਣੀ ਰਾਤ ਚੁਗਣੀ ਉਹਨਾਂ ਨੂੰ ਇਮਾਨ ਦੀ ਦੌਲਤ ਨਾਲ ਅੱਲਾ ਤਾਲਾ ਨਵਾਜ਼ੇ ਔਰ ਉਹਨਾਂ ਦੇ ਵਿੱਚ ਇਮਾਨ ਹੈ ਕਿ ਜਿਹੜਾ ਜਿਨ੍ਹਾਂ ਦੇ ਬਲਬੂਤੇ 'ਤੇ ਅਸੀਂ ਵੀ ਮੌਜਾਂ ਕਰਨੀਆਂ ਪਏ ਪਾਕ ਆਰਮੀ ਨੂੰ ਵੀ ਸਲਾਮ ਹੈ ਜੀ ਅਤੇ ਅੱਲਾ ਪਾਕ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ ਅਤੇ ਮਾਵਾਂ ਦੇ ਬੱਚੇ ਭੈਣਾਂ ਦੇ ਵੀਰ ਜਿੱਥੇ ਜਿੱਥੇ ਵੀ ਡਿਊਟੀ ਕਰਦੇ ਹੋ ਪਏ ਆਪਣੇ ਬਾਰਡਰ 'ਤੇ ਕੰਟਰੋਲ ਲੈਣ 'ਤੇ ਜਿੱਥੇ ਵੀ ਹੈ ਉਹ ਅੱਲਾ ਪਾਕ ਤੁਹਾਨੂੰ ਸਿਹਤ ਦੇ ਤੰਦਰੁਸਤੀ ਦੇ ਜੇ ਇਸੇ ਤਰ੍ਹਾਂ ਆਪਣੇ ਇਸ ਪਰਚਮ ਦੀ ਖਾਤਰ ਇਸ ਟੁਕੜੇ ਦੀ ਖਾਤਰ ਇਸੇ ਤਰ੍ਹਾਂ ਖੂਨ ਵਹਾਉਂਦੇ ਰਹੋ ਅੱਲਾ ਪਾਕ ਤੁਹਾਨੂੰ ਉਹ ਤੁਹਾਡੀਆਂ ਸ਼ਹਾਦਤਾਂ ਨੇ ਜਿਹੜੀਆਂ ਕਬੂਲ ਵੀ ਕਰੇ ਜਿਹੜੇ ਜਿਹੜੇ ਭਰਾ ਸ਼ਹੀਦ ਹੋਏ ਨੇ ਅਤੇ ਸ਼ਹੀਦ ਅੱਗੇ ਹੀ ਜ਼ਿੰਦਾ ਅਲਹਮਦੁਲਿਲਾ ਕਿਉਂਕਿ ਅੱਲਾ ਪਾਕ ਕੁਰਾਨ ਵਿੱਚ ਵੀ ਫਰਮਾ ਗਿਆ ਅਸੀਂ ਵੀ ਜਨਾਬ ਸੁਣ ਕੇ ਇਹ ਹੀ ਕਹਿੰਦੇ ਹਾਂ ਕਿ ਸ਼ਹੀਦ ਜਿੰਦਾ ਸ਼ਹੀਦ ਵਾਸਤੇ ਦੁਆ ਕਰੀਏ ਸਾਡੇ ਵਾਸਤੇ ਨਜ਼ਰੀਏ ਨਿਜਾਤ ਅਤੇ ਬਹਰਹਾਲ ਜੀ ਅੱਲਾ ਪਾਕ ਖੁਸ਼ ਰੱਖੇ ਤੁਹਾਨੂੰ ਸਾਰਿਆਂ ਭਰਾਵਾਂ ਨੂੰ ਤੰਦਰੁਸਤੀ ਦੇ ਜੇ ਅਤੇ ਐਂਡ 'ਤੇ ਜਨਾਬ 2 ਮੈਸੇਜ ਨੇ ਦੋਵਾਂ ਭਰਾਵਾਂ ਵਾਸਤੇ ਸੁਣ ਲੈਣਾ ਗੌਰ ਅਲੀ ਨੌਰ ਜਨਾਬ ਆਪਣਾ ਨੀਲੀ ਵਿੱਚ ਅਤੇ ਬੜਾ ਅੱਛਾ ਕੰਮ ਕਰ ਰਿਹਾ ਉਹਦੇ ਨਾਲ ਇਸੇ ਤਰ੍ਹਾਂ ਤਾਵਨ ਕਰਨਾ ਸਾਰਿਆਂ ਭਰਾਵਾਂ ਨੇ ਅਤੇ ਮੁਹੰਮਦ ਨੂਰ TV ਬਜ਼ੁਰਗ ਨੇ ਅੱਲਾ ਪਾਕ ਉਹਨਾਂ ਨੂੰ ਸਿਹਤ ਦੇ ਜੀ ਉਹ ਵੀ ਆਪਣਾ ਚੈਨਲ ਲੈ ਕੇ ਇਸੇ ਤਰ੍ਹਾਂ ਮੇਰੇ ਤਰ੍ਹਾਂ ਚੱਲਦੇ ਨੇ ਪਏ ਅਤੇ ਜਨਾਬ ਦੂਸਰਾ ਮੇਰੇ ਆਪਣਾ ਦੂਸਰਾ ਚੈਨਲ ਹੈ ਕਰਨਾਣਾ ਐਨੀਮਲ TV ਜਨਾਬ ਉਹਦੇ 'ਤੇ ਵੀ ਜ਼ਰੂਰ ਸਰਚ ਕਰਨਾ ਜਿਹੜੀ ਕੋਈ ਵੀਡੀਓ
ਐਕਸਟਰਾ ਹੈ ਅਸੀਂ ਉਹਦੇ 'ਤੇ ਵੀ ਇਸੇ ਤਰ੍ਹਾਂ ਹੀ ਲਾਵਾਂ ਕਰਾਂਗੇ। ਐਨੀਮਲ ਦਾ ਉਹਨੂੰ ਲਕਬ ਵੀ ਇਸ ਗੱਲੇ ਦੇ ਛੱਡਿਆ, ਐਨੀਮਲ ਟੀ ਵੀ ਕਰਨਾਣਾ ਐਨੀਮਲ ਟੀ ਵੀ ਉਹਦੇ 'ਤੇ ਵੀ ਜਨਾਬ ਜ਼ਰੂਰ ਸਰਚ ਕਰਨਾ, ਵਿਜ਼ਿਟ ਕਰਨਾ ਇਨਸ਼ਾਅੱਲਾ। ਉਹਦੇ 'ਤੇ ਵੀ ਠੀਕ ਹੈ, ਤੁਹਾਨੂੰ ਇਸੇ ਤਰ੍ਹਾਂ ਮਵੇਸ਼ੀਆਂ ਦੀਆਂ ਵੀਡੀਓ ਲੱਭਣ ਦੀਆਂ ਵੇਖਣ ਵਾਸਤੇ ਬੰਦਾ ਨਾ ਚੀਜ਼ ਦਈ ਉਹ ਵੀ ਚੈਨਲ।